ਭਾਰਤ ਦੇ ਖਿਲਾਫ ਰਚੀ ਜਾ ਰਹੀ ਇੱਕ ਸਾਜ਼ਿਸ਼ ਨੂੰ BSF ਦੀ 66 ਬਟਾਲੀਅਨ ਦੇ ਜਵਾਨਾਂ ਵੱਲੋਂ ਜਿਹੜਾ ਨਾਕਾਮ ਕੀਤਾ ਗਿਆ ਹੈ, ਵੱਡੀ ਕਾਮਯਾਬੀ ਜਿਹੜੀ ਇਹ ਹਾਸਲ ਹੋਈ ਹੈ ਇਸ ਇਲਾਕੇ ਦੇ ਅੰਦਰ, ਜਿਹੜਾ ਕਹਿ ਸਕਦੇ ਹਾਂ ਕਿ ਇੱਕ ਡਰੋਨ ਦੇ ਜ਼ਰੀਏ ਹਥਿਆਰਾਂ ਦੀ ਜਿਹੜੀ ਤਸਕਰੀ ਭਾਰਤ ਦੇ ਅੰਦਰ ਕੀਤੀ ਗਈ ਸੀ। 1 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਜਿਹੜਾ ਭਾਰਤ ਦੇ ਅੰਦਰ ਇਹ ਡਰੋਨ ਰਾਤ ਨੂੰ ਆਉਂਦਾ ਹੈ ਅਤੇ ਹਥਿਆਰ ਲੈ ਕੇ ਜਿਹੜਾ ਇਹ ਪਹੁੰਚਦਾ ਹੈ। 3 ਪਿਸਟਲ 7 ਮੈਗਜ਼ੀਨ ਦੇ ਨਾਲ ਜਿਹੜਾ ਇਹ ਡਰੋਨ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੁੰਦਾ ਹੈ। ਡਰੋਨ ਦੀ ਹਲਚਲ ਤੋਂ ਬਾਅਦ ਜਿਹੜਾ BSF ਜਵਾਨ ਜਿਹੜੇ ਸਤਰਕ ਹੁੰਦੇ ਨੇ ਅਤੇ ਇਹ ਇਹਨਾਂ ਪੈਕਟਾਂ ਦੇ ਅੰਦਰ ਜਿਹੜਾ ਇਹ ਕਹਿ ਸਕਦੇ ਹਾਂ ਕਿ ਇਹਨਾਂ ਪੈਕਟਾਂ ਦੇ ਅੰਦਰ ਜਿਹੜਾ ਇਹ ਬਰਾਮਦਗੀ ਹੋਈ ਹੈ, ਹਥਿਆਰਾਂ ਦੀ ਜਿਹੜੀ ਇਹ ਬਰਾਮਦਗੀ ਹੋਈ ਹੈ, ਵੱਡੀ ਕਾਮਯਾਬੀ ਇਸ ਇਲਾਕੇ ਦੇ ਅੰਦਰ ਹੋਈ ਹੈ। BSF ਵੱਲੋਂ ਜਿਹੜੀ ਇਹ ਨਾਕਾਮ ਯਾਬ ਜਿਹੜੀ ਇਹ ਪਾਕਿਸਤਾਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ। SSOC ਦਾ ਸਹਿਯੋਗ ਦੇ ਨਾਲ ਜਿਹੜਾ ਇਸ ਇਲਾਕੇ ਦੇ ਅੰਦਰ ਕਈ ਘੰਟੇ ਜਿਹੜਾ ਓਪਰੇਸ਼ਨ ਚਲਾਇਆ ਗਿਆ, ਸਰਚ ਓਪਰੇਸ਼ਨ ਚਲਾਇਆ ਗਿਆ, ਜਿਸ ਤੋਂ ਬਾਅਦ ਜਿਹੜਾ ਇਹ ਡਰੋਨ ਤੇ ਜਿਹੜਾ ਇਹ ਹਥਿਆਰ ਜਿਹੜੇ ਬਰਾਮਦ ਹੋਏ। 3 ਰਾਊਂਡ ਫਾਇਰ BSF ਜਵਾਨਾਂ ਵੱਲੋਂ ਜਿਹੜੇ ਇਸ ਇਲਾਕੇ ਦੇ ਅੰਦਰ ਕੀਤੇ ਗਏ ਅਤੇ ਇਸ ਇਲਾਕੇ ਦੇ ਅੰਦਰ ਜਿਹੜਾ ਇਸ ਡਰੋਨ ਨੂੰ ਜਿਹੜਾ ਹੇਠਾਂ ਸੁੱਟਿਆ ਗਿਆ। ਵੱਡੀ ਸਾਜ਼ਿਸ਼ ਦਾ ਜਿਹੜਾ ਪਰਦਾਫਾਸ਼ ਕਰਦੇ ਆ BSF ਜਵਾਨਾਂ ਨੂੰ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ। ਫਾਜ਼ਿਲਕਾ ਦੇ ਸਰਹੱਦੀ ਇਲਾਕੇ ਮੁਹਾਰ ਸੋਨਾ ਦੇ ਅੰਦਰ ਜਿਹੜੀ ਇਹ ਰਿਕਵਰੀ ਹੋਈ ਹੈ, ਵੱਡੀ ਹਥਿਆਰਾਂ ਦਾ ਜ਼ਖੀਰਾ ਕਹਿ ਸਕਦੇ ਹਾਂ ਕਿ ਜਿਹੜਾ ਬਰਾਮਦ ਕੀਤਾ ਗਿਆ। ਇਸ ਦੇ ਵਿੱਚ ਸਾਰਿਆਂ ਤੋਂ ਵੱਡੀ ਜਿਹੜੀ ਖਾਸੀਅਤ ਗੱਲ ਹੈ, ਟੋਪ ਕੁਆਲਿਟੀ ਦੇ ਜਿਹੜੇ ਹਥਿਆਰ ਨੇ, ਇਹ ਬਹੁਤ ਮਹਿੰਗੇ ਜਿਹੜੇ ਹਥਿਆਰ ਨੇ ਜਿਨ੍ਹਾਂ ਦੇ ਤਹਿਤ ਜਿਹੜਾ ਭਾਰਤ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਰਚੀ ਗਈ ਸੀਗੀ, ਉਸ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈਗਾ। ਇਸ ਕੌਮਾਂਤਰੀ ਸਰਹੱਦ ਤੇ ਇਹ ਜਿਹੜੀ 66 ਬਟਾਲੀਅਨ ਦੇ ਜਵਾਨ ਜਿਹੜਾ ਮੁਸਤੈਦ ਦਿਖਾਈ ਦਿੱਤੇ, ਐਂਟੀ ਡਰੋਨ ਸਿਸਟਮ ਵੀ ਜਿਹੜਾ ਇਸ ਦੇ ਵਿੱਚ ਕੰਮ ਆਇਆ ਅਤੇ ਜਿਸ ਤੋਂ ਬਾਅਦ ਜਿਹੜੀ ਇਹ ਪੂਰੀ ਕਾਮਯਾਬੀ ਇਸ ਇਲਾਕੇ ਦੇ ਅੰਦਰ ਜਿਹੜੀ ਇਹ BSF ਜਵਾਨਾਂ ਨੂੰ ਮਿਲੀ ਹੈ। ਹੁਣ ਫਰਦਰ ਜਿਹੜਾ ਇਨਵੈਸਟੀਗੇਸ਼ਨ ਦੇ ਲਈ ਜਿਹੜਾ SSOC ਥਾਣਾ ਨੂੰ, ਜਿਹੜਾ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਥਾਣੇ ਨੂੰ ਜਿਹੜਾ ਇਹ ਪੂਰਾ ਮਾਮਲਾ ਸੌਂਪਿਆ ਗਿਆ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹਨਾਂ ਨੂੰ ਹਥਿਆਰਾਂ ਨੂੰ ਮੰਗਾਉਣ ਵਾਲਾ ਇਹ ਕੌਣ ਸੀ, ਕਿ ਇਹਨਾਂ ਹਥਿਆਰਾਂ ਦੇ ਜ਼ਰੀਏ ਕਿਸ ਤਰ੍ਹਾਂ ਦੀ ਸਾਜ਼ਿਸ਼ ਜਿਹੜੀ ਹੈ ਇਹ ਭਾਰਤ ਦੇ ਖਿਲਾਫ ਰਚੀ ਗਈ ਸੀ ਅਤੇ ਕੀ ਇਹਨਾਂ ਹਥਿਆਰਾਂ ਦਾ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ। ਇਹ ਪੂਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਫਿਲਹਾਲ ਜਿਹੜਾ ਹਥਿਆਰਾਂ ਦੇ ਨਾਲ ਡਰੋਨ ਜਿਹੜਾ ਰਿਕਵਰ ਜ਼ਰੂਰ BSF ਨੂੰ ਜਵਾਨਾਂ ਨੂੰ ਹੋਇਆ। ਸਾਨੂੰ ਕੱਲ੍ਹ ਰਾਤੀ ਸਾਡੇ ਜਵਾਨ ਨੇ ਜਦੋਂ ਡਰੋਨ ਦੀ ਮੂਵਮੈਂਟ ਦੇਖੀ ਅਤੇ ਉਹਦੇ ਉੱਤੇ ਫਾਇਰ ਕੀਤਾ ਅਤੇ ਨਾਲ ਹੀ ਨਾਲ ਜਿਹੜੇ ਸਾਡੇ BSF ਦੇ ਆਪਣੇ ਇਕਉਪਮੈਂਟਸ ਨੇ ਜਿਹੜੇ ਐਂਟੀ ਡਰੋਨ ਸਿਸਟਮ 'ਚ ਆਉਂਦੇ ਨੇ ਉਹਨਾਂ ਨੂੰ ਅਸੀਂ ਐਕਟੀਵੇਟ ਕੀਤਾ ਅਤੇ ਉਹਦੇ ਬਾਅਦ ਤਾਲਮੇਲ ਮੋਰਨਿੰਗ ਪੁਆਇੰਟ BSF ਅਤੇ SSOC ਨੇ ਅਤੇ ਇਹਦੇ 'ਚ ਸਾਡੇ ਕੋਲ ਇੱਕ ਡਰੋਨ ਜਿਹੜਾ ਕਿ ਕੈਰੀਅਰ ਸੀ, ਨਾਲ ਸਾਡੇ ਕੋਲ 3 ਪਿਸਟਲ ਆ ਜਿਹਦੇ 'ਚ 2 ਸਟਾਰ ਮੇਡ ਚਾਈਨਾ ਮੇਡ ਆ ਅਤੇ 1 ਬਰੇਟਾ ਵਾ ਅਤੇ 7 ਮੈਗਜ਼ੀਨਾਂ ਆਹ ਅਸੀਂ ਰਿਕਵਰ ਕੀਤੀਆਂ ਵਾ ਕਰ ਦਿੱਤੀ। ਸਰ ਕਿਸ ਤਰ੍ਹਾਂ ਦੀ ਸਾਜ਼ਿਸ਼ ਸੀਗੀ ਇਹ, ਕੋਈ ਸਾਹਮਣੇ ਆਇਆ ਕੋਈ ਖੁਲਾਸਾ? ਨਹੀਂ, ਆਹ ਇਨਵੈਸਟੀਗੇਸ਼ਨ ਆ, ਇਨਵੈਸਟੀਗੇਸ਼ਨ ਦੇ ਬਾਅਦ ਹੀ ਤੁਹਾਨੂੰ ਕੁਝ ਦੱਸਿਆ ਜਾਏਗਾ ਜੀ। ਸਰ ਕਿਹੜੀ ਥਾਂ ਤੋਂ ਜਿਹੜੀ ਬਰਾਮਦਗੀ ਹੋਈ ਹੈ? ਆ ਜੀ, BOP ਮਹਾਰ ਸੋਨਾ ਵਾ ਸਾਡੇ ਫਾਜ਼ਿਲਕਾ ਡਿਸਟ੍ਰਿਕਟ 'ਚ, ਬਾਰਡਰ ਆਊਟਪੋਸਟ ਆ ਮਹਾਰ ਸੋਨਾ, ਉਹਦੇ ਇਲਾਕੇ 'ਚ ਹੋਈ ਹੈ ਜੀ। ਸਰ ਫਾਇਰਿੰਗ ਕਰਕੇ ਸੱਟਿਆ ਗਿਆ ਜੀ? ਬਿਲਕੁਲ ਜੀ, ਜਦੋਂ ਸਾਡੇ ਸਤਰਕ ਜਵਾਨ ਨੇ ਮੂਵਮੈਂਟ ਦੇਖੀ, ਇਹਦੀ ਆਵਾਜ਼ ਸੁਣੀ ਹਮਿੰਗ ਸਾਊਂਡ, ਤੇ ਇਹਨੇ ਉਹਦੇ ਤੇ 3 ਰਾਊਂਡ ਫਾਇਰ ਕੀਤੇ ਆ ਜੀ। ਸਰ ਕਿੰਨੇ ਘੰਟੇ ਜਿਹੜਾ ਸਰਚ ਚੱਲਿਆ ਇਸ ਇਲਾਕੇ ਦੇ? ਸਰਚ ਤੇ ਦੇਖੋ ਜੀ, ਰਾਤੀ 2:30 ਵਜੇ ਦੀ ਗੱਲ ਆ, 2:20 ਦੀ ਗੱਲ ਆ, ਉੱਥੋਂ ਲੈ ਕੇ ਅੱਜ ਸਵੇਰੇ 11:15 ਵਜੇ ਅਸੀਂ ਆ ਸਰਚ ਆਪਰੇਸ਼ਨ ਅਸੀਂ ਖਤਮ ਕੀਤਾ। ਸਰ ਹੁਣ ਫਰਦਰ ਕਿਸ ਤਰ੍ਹਾਂ ਦੀ ਹੁਣ ਇਹਦੇ 'ਚ ਜਾਂਚ ਰਹੇਗੀ ਅਤੇ ਕਿਸ ਤਰ੍ਹਾਂ ਦੀ ਕਾਰਵਾਈ ਰਹੇਗੀ? ਆਹ ਕਾਰਵਾਈ ਅਸੀਂ ਹੈਂਡਓਵਰ ਕਰ ਦੇਣਾ ਜੀ, ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਕਰੇਗੀ, ਅਸੀਂ ਸਿੰਪਲੀ ਨੂੰ ਹੈਂਡਓਵਰ ਕਰ ਦਾਂਗੇ। ਕਹਿ ਸਕਦੇ ਹਾਂ ਕਿ ਭਾਰਤ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਰਚੀ ਗਈ? ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੀ ਚੱਲ ਰਿਹਾ ਕੀ ਹੈਗਾ ਵਾ। ਇਹ ਪਾਕਿਸਤਾਨ ਵਾਲੇ ਪਾਸਿਓਂ ਨਿਕਲਿਆ ਜੀ? ਇਹ ਪਾਕਿਸਤਾਨ ਵਾਲੋਂ ਆਇਆ ਵਾ ਅਤੇ ਸਾਡੇ ਇੰਡੀਆ 'ਚ ਆਇਆ ਵਾ।
ਕਿੰਨੀ ਦੂਰੀ ਦੇ ਅੰਦਰ ਆ ਗਿਆ ਸੀ, ਦਾਖਲ ਹੋ ਚੁੱਕਿਆ ਸੀ? ਆਲਮੋਸਟ 1 ਕਿਲੋਮੀਟਰ ਦੇ ਕਰੀਬ ਦਾਖਲ ਹੋਇਆ।